कारयोग जिहड़े रिटायर्ड हो रहे आ अरोड़ा साहब सुरेश अरोड़ा जी, सो उन्हां दी ये दिनकर गुप्ता जी फोटोस्टेट जीरोक्स कापी हैगी जी। रिपोर्ट कार्ड बनेगा ना, आ लोक सभा दीआं वोटां पैणीआं ने। 10 साल जिहड़े पंजाब दे अंदर लुट मार वाले काम बादलां ने कीते, उसे तरीके दे विच 21 महीनिआं तों कांग्रेस ही कर रहे आ। लोक सभा चोणां दे चलदिआं देश दीआं सारीआं राजनीतिक पार्टीआं दे नाल नाल पंजाब विच भी इन्हां पार्टीआं वल्लों सरगर्मियां तेज़ कर दित्तीआं गईआं ने। सिमरजीत सिंह बैंस वल्लों लोक सभा चोणां नूं मुख रखदे होए पार्टी वर्करां दे नाल मीटिंग कीती गई, अते इस मीटिंग बारे सिमरजीत सिंह बैंस वल्लों प्रेस कॉन्फ्रेंस करके पत्रकारां नूं जानकारी भी दित्ती गई है। मीटिंग लोक इंसाफ पार्टी हरियाबल दस्ता यूथ दी मीटिंग हैगी आ, ते अज दी मीटिंग दा मुख एजेंडा 2019 दी लोक सभा इलैक्शन वास्ते यूथ दीआं जिला वाइज ड्यूटियां लाउणियां। अज पंजाब दे सारे जिलों तो लोक इंसाफ पार्टी के यूथ के सत्कारयोग प्रधान साहबान अहुदेदार साहबान आए हैं 2019 नूं अचीव करन वास्ते। टारगेट 2019 पंजाब दे विच्चों माफिया राज की समाप्ति वास्ते, करप्शन की समाप्ति वास्ते। वो माफिया तो उही करप्शन जिहड़ी 10 साल बादलों ने चलाई, तो जुम्मा 21 महीनों तो कांग्रेस पार्टी तो कांग्रेस सरकार उसे तरीके दे नाल चला रही है। सो अज की मीटिंग मुख एजेंडा 2019 दे विच इस माफिया ते करप्शन नूं पंजाब तो दूर करन वास्ते ब्यौंतबंदी लई अज दी मीटिंग है। इस तों बाद सिमरजीत सिंह बैंस नूं पत्रकारां वल्लों दिनकर गुप्ता दे डीजीपी अहुदे बारे सवाल किया गया, तां सिमरजीत सिंह बैंस ने कहा कि दिनकर गुप्ता डीजीपी सुरेश अरोड़ा की फोटोस्टेट कापी है, पर उन्हां नाल ही कहा कि दिनकर गुप्ता नूं पिछलियां गल्लां भुल के काम ईमानदारी नाल करना चाहिए ਤਾਂ ਜੋ ਪ੍ਰਿਸ਼ਟੋਈ ਸਿਸਟਮ ਨੂੰ ਵੀ ਸਵਾਰਿਆ ਜਾ ਸਕੇ। ਸੋ ਇਹ ਗੱਲ ਪਿਛਲੇ ਦਿਨਾਂ ਤੋਂ ਲੱਗ ਰਿਹਾ ਸੀ ਕਿ ਫੋਟੋ ਸਟੇਟ ਕਾਪੀ ਸਤਿਕਾਰਯੋਗ ਜਿਹੜੇ ਰਿਟਾਇਰਡ ਹੋ ਰਹੇ ਆ ਅਰੋੜਾ ਸਾਹਿਬ ਸੁਰੇਸ਼ ਅਰੋੜਾ ਜੀ, ਸੋ ਉਹਨਾਂ ਦੀ ਇਹ ਦਿਨਕਰ ਗੁਪਤਾ ਜੀ ਫੋਟੋ ਸਟੇਟ ਜੀਰੋਕਸ ਕਾਪੀ ਹੈਗੀ ਹੈ, ਕਿਉਂਕਿ ਜਦੋਂ SIT ਮਾਨਯੋਗ ਹਾਈਕੋਰਟ ਦੇ ਨਿਰਦੇਸ਼ਾਂ ਦੇ ਤਹਿਤ ਬਣੀ ਚੱਟੋਪਾਧਿਆ ਜਿਹਨੂੰ ਆਪਾਂ ਕਮੇਟੀ ਕਹਿ ਦਿੰਦੇ ਹਾਂ, SIT ਬਣੀ ਸੀ ਚੱਟੋਪਾਧਿਆ IPS ਦੀ ਅਗਵਾਈ ਦੇ ਵਿੱਚ, ਅਤੇ ਉਸ ਕਮੇਟੀ ਦੀਆਂ ਬਹੁਤ ਸਾਰੀਆਂ ਗੱਲਾਂ ਜਦੋਂ ਮੀਡੀਆ ਦੇ ਵਿੱਚ ਆਈਆਂ ਲੋਕਾਂ ਦੇ ਸੁਣਨ ਤੋਂ ਮਿਲੀਆਂ, ਅਤੇ ਬੜੇ ਰੌਂਗਟੇ ਖੜ੍ਹੇ ਹੁੰਦੇ ਸੀ ਕਿ ਪੰਜਾਬ ਦੇ ਅੰਦਰ ਚਿੱਟੇ ਦਾ ਕਾਰੋਬਾਰ ਕਰਨ ਵਾਲੇ ਵੱਡੇ ਸਮਗਲਰਾਂ ਦੇ ਤਲਕਾਤ ਕਿਹੜੇ ਕਿਹੜੇ ਪੁਲਿਸ ਅਫਸਰਾਂ ਦੇ ਨਾਲ। ਇਸ ਤੋਂ ਇਲਾਵਾ ਇਹੀ ਮਿਸਟਰ ਦਿਨਕਰ ਗੁਪਤਾ 15 ਸੈਕਟਰ ਦੀ ਇੱਕ ਬਹੁਤ ਵੱਡੀ ਕੋਠੀ ਦਾ ਨਾਮ ਵੀ ਇਹਨਾਂ ਦੇ ਨਾਮ ਨਾਲ ਜੁੜਿਆ ਸੀ, ਵੀ ਉਹ ਚਿੱਟੇ ਦੀ ਕਮਾਈ ਦੇ ਵਿੱਚੋਂ ਬੇਨਾਮੀ ਨਾਮੀ ਜਦਾਤਾਂ। ਸੋ ਸਰਕਾਰ ਨੇ ਲਾਤਾ, ਪਰ ਅਸੀਂ ਦਿਨਕਰ ਗੁਪਤਾ ਜੀ ਨੂੰ ਇੱਕ ਭਗਵਾਨ ਦੇ ਚਰਨਾਂ 'ਚ ਦੁਆ ਬੇਨਤੀ ਕਰਾਂਗੇ ਕਿ ਪਿਛੋਕੜ ਭੁੱਲ ਜਾਣ, ਪੰਜਾਬ ਦੀ ਬੈਟਰਮੈਂਟ ਵਾਸਤੇ, ਪੰਜਾਬ ਦੇ ਗੰਧਲੇ ਹੋਏ ਨਸ਼ਿਆਂ ਦੇ ਕਾਰਨ ਗੰਧਲੇ ਹੋਏ ਵਾਤਾਵਰਨ ਨੂੰ, ਐਂਡ ਪੰਜਾਬ ਦੇ ਅੰਦਰ ਜਿਹੜਾ ਲਾਅ ਐਂਡ ਆਰਡਰ ਬੁਰੀ ਤਰ੍ਹਾਂ ਫੇਲ ਹੋ ਚੁੱਕਿਆ ਉਹਨੂੰ ਠੀਕ ਦਰੁਸਤ ਕਰਨ ਵਾਸਤੇ ਦਿਨਕਰ ਗੁਪਤਾ ਪਿਛੋਕੜ ਦੇ ਵਿੱਚ ਕੀਤੀਆਂ ਗਲਤੀਆਂ ਨਾ ਕਰਨ। ਕਿਉਂਕਿ ਮੈਂ ਨਹੀਂ ਕਹਿ ਰਿਹਾ, ਇਹ ਬਹੁਤ ਸਾਰੇ ਮੀਡੀਆ ਦੇ ਪਾਸੇ ਤੋਂ ਖਬਰਾਂ, ਲੋਕਾਂ ਦੇ ਜਿਹੜੀ ਚੱਟੋਪਾਧਿਆ ਕਮੇਟੀ ਉਹਦੇ ਵੱਲੋਂ। ਸੋ ਇਹ ਆਪਣੀ ਡਿਊਟੀ ਹੁਣ ਜਿਹੜਾ DGP ਦਾ ਇਹਨਾਂ ਨੂੰ ਅਹੁਦਾ ਮਿਲਿਆ ਇਮਾਨਦਾਰੀ ਦੇ ਨਾਲ ਕਰਨ, ਪੰਜਾਬ ਦੇ ਵਿੱਚੋਂ ਮਾਫੀਆ ਰਾਜ ਚਿੱਟਾ ਰਾਜ ਪੰਜਾਬ ਦੇ ਅੰਦਰ ਜਿਹੜੀ ਲਾਅਲੈਸਨੈਸ ਹੈਗੀ ਆ ਉਹਨੂੰ, ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਸਤੇ ਇਮਾਨਦਾਰੀ ਨਾਲ ਆਪਣੀ ਇਹ ਜੌਬ ਕਰਨ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਿੱਚ ਅਕਾਲੀ ਦਲ ਦੇ ਲੀਡਰ JJ ਸਿੰਘ ਦੀ ਐਂਟਰੀ 'ਤੇ ਬੋਲਦਿਆਂ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵੱਲੋਂ JJ ਸਿੰਘ ਨੂੰ ਆਪਣੇ ਵਿੱਚ ਸ਼ਾਮਿਲ ਕਰਨਾ ਪਾਰਟੀ ਦਾ ਅੰਦਰੂਨੀ ਫੈਸਲਾ ਹੈ। ਉਹਨਾਂ ਕਿਹਾ ਬੇਸ਼ੱਕ ਅਕਾਲੀ ਦਲ ਟਕਸਾਲੀ ਉਹਨਾਂ ਦੇ ਗੱਠਜੋੜ ਦਾ ਹਿੱਸਾ ਹੈ, ਪਰ ਇਸਦਾ ਮਤਲਬ ਇਹ ਨਹੀਂ ਕਿ ਉਹ ਦੂਜਿਆਂ ਦੀ ਪਾਰਟੀ ਵਿੱਚ ਦਖਲ ਦੇਣ ਲੱਗ ਜਾਣ। ਇਹ ਗੱਲ ਦਾ ਸਵਾਲ ਟਕਸਾਲੀ ਅਕਾਲੀ ਦਲ ਦੇ ਸਤਿਕਾਰਯੋਗ ਅਹੁਦੇਦਾਰ ਪ੍ਰਧਾਨ ਸਾਹਿਬਾਨ ਕੋਲੋਂ ਪੁੱਛੋ ਤਾਂ ਜ਼ਿਆਦਾ ਬਿਹਤਰ ਹੋਏਗਾ ਕਿ ਉਹਨਾਂ ਨੇ ਕੋਈ ਟਰਮ ਐਂਡ ਕੰਡੀਸ਼ਨ ਤਹਿਤ ਉਹਨਾਂ ਨੂੰ ਸ਼ਾਮਿਲ ਕੀਤਾ ਜਾਂ ਉਹ ਬਿਨਾਂ ਸ਼ਰਤ ਸ਼ਾਮਿਲ ਹੋਏ ਆ, ਆਇਆ ਕਿ ਉਹਨਾਂ ਨੂੰ ਕਿਤੋਂ MP ਦੀ ਇਲੈਕਸ਼ਨ ਲੜਾਉਣੀ ਜਾਂ ਨਹੀਂ ਲੜਾਉਣੀ, ਇਹ ਉਹਨਾਂ ਦੀ ਆਪਣੀ ਪਾਰਟੀ ਹੈਗੀ ਆ। ਮੈਂ ਦੱਸਣ ਲੱਗਿਆਂ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਦੇ ਵਿੱਚ ਪਾਰਟੀਆਂ ਨੇ, ਪਾਰਟੀਆਂ ਦੇ ਇੰਟਰਨਲ ਮਸਲਿਆਂ ਦੇ ਵਿੱਚ ਕੋਈ ਕਹੇ ਮੈਂ ਲੋਕ ਇਨਸਾਫ ਪਾਰਟੀ 'ਚ ਦਖਲ ਅੰਦਾਜ਼ੀ ਕਰੂੰਗਾ, ਜਿਹੜੇ ਸਾਨੂੰ ਹਲਕੇ ਆਉਣੇ ਆ ਸਾਡੇ ਹਿੱਸੇ ਦੇ ਵਿੱਚ, ਸਾਡੇ ਲੋਕ ਇਨਸਾਫ ਪਾਰਟੀ ਦੇ ਹਿੱਸੇ 'ਚ ਆਉਣੇ ਆ, ਉਹ ਲੋਕ ਇਨਸਾਫ ਪਾਰਟੀ ਨੇ ਉਸ ਹਿੱਸੇ ਹਲਕੇ ਦੇ ਵਿੱਚੋਂ ਕਿਹੜੇ ਕੈਂਡੀਡੇਟ ਨੂੰ ਲਾਉਣਾ,
ਇਹ ਦੂਜੀ ਪਾਰਟੀ ਉਹ 'ਚ ਦਖਲਅੰਦਾਜ਼ੀ ਨਹੀਂ ਕਰ ਸਕਦੀ। ਇਸ ਕਰਕੇ ਮੈਂ ਅਕਾਲੀ ਦਲ ਟਕਸਾਲੀ ਦੇ ਅੰਦਰੂਨੀ ਮਸਲਿਆਂ ਦੇ ਵਿੱਚ ਕੋਈ ਦਖਲ ਨਹੀਂ ਦਵਾਂ। ਇਸ ਤੋਂ ਬਾਅਦ ਪੱਤਰਕਾਰਾਂ ਵੱਲੋਂ ਹੋਰ ਵੀ ਕਈ ਤਰ੍ਹਾਂ ਦੇ ਸਵਾਲ ਸਿਮਰਜੀਤ ਸਿੰਘ ਅੱਗੇ ਦਾਗੇ ਗਏ, ਜਿਨ੍ਹਾਂ ਦੇ ਵਾਰੀ ਵਾਰੀ ਬੈਂਸ ਵੱਲੋਂ ਜਵਾਬ ਵੀ ਦਿੱਤੇ ਗਏ ਨੇ। ਕੀ ਨੇ ਇਹ ਸਵਾਲ ਅਤੇ ਕੀ ਨੇ ਸਿਮਰਜੀਤ ਸਿੰਘ ਬੈਂਸ ਦੇ ਜਵਾਬ, ਤੁਸੀਂ ਖੁਦ ਸੁਣੋ। ਸਾਡੀ ਪਾਰਟੀ ਨੂੰ 2 ਸਾਲ ਤੋਂ ਵੱਧ ਦਾ ਅਰਸਾ ਹੋ ਗਿਆ। ਸਾਡੀ ਪਾਰਟੀ ਦਾ ਪੂਰੇ ਪੰਜਾਬ ਦੇ ਅੰਦਰ ਜਥੇਬੰਦਕ ਢਾਂਚਾ ਆਲਰੇਡੀ ਬਹੁਤ ਸ਼ਿੱਦਤ ਦੇ ਨਾਲ ਚੰਗੇ ਤਰੀਕੇ ਦੇ ਨਾਲ ਕੰਮ ਕਰ ਰਿਹਾ, ਕਿਉਂਕਿ ਆਇਆ ਖਹਿਰਾ ਸਾਹਿਬ ਦੀ ਪਾਰਟੀ ਚੰਦ ਦਿਨ ਹਜੇ ਤਾਂ ਰਜਿਸਟਰਡ ਵੀ ਨਹੀਂ ਹੋਈ। ਉਹਨਾਂ ਨੇ ਆਪਣੇ ਜ਼ਿਲ੍ਹਾ ਪ੍ਰਧਾਨ, ਉਹਨਾਂ ਨੇ ਆਪਣੀਆਂ ਕਮੇਟੀਆਂ ਬਣਾਉਣੀਆਂ ਨੇ। ਸਾਡੀਆਂ ਕਮੇਟੀਆਂ, ਸਾਡੇ ਸਾਰੇ ਵਿੰਗ ਆਲਰੇਡੀ ਬਣੇ ਹੋਏ ਆ ਅਤੇ ਉਹ ਬਹੁਤ ਸ਼ਿੱਦਤ ਦੇ ਨਾਲ ਇਮਾਨਦਾਰੀ ਦੇ ਨਾਲ ਕੰਮ ਕਰ ਰਿਹਾ। ਸਿਰਫ ਫੇਸਬੁੱਕ ਜਾਂ ਅਖਬਾਰ ਦੇ ਵਿੱਚ ਬਿਆਨਾਂ ਤੱਕ ਸੀਮਤ ਨਹੀਂ, ਉਹ ਗਰਾਊਂਡ ਰਿਐਲਿਟੀ 'ਤੇ ਲੋਕਾਂ ਦੇ ਕੰਮ ਕਰਦੇ ਹੋਏ ਤੁਹਾਨੂੰ ਹਰ ਜ਼ਿਲ੍ਹੇ ਦੇ ਅੰਦਰ ਦੇਖਣਗੇ। ਸੋ ਇਹ ਜਿਹੜਾ ਤੁਸੀਂ ਸਵਾਲ ਕੀਤਾ, ਉਹਨਾਂ ਦੀ ਪਾਰਟੀ ਨਵੀਂ, ਇਸ ਕਰਕੇ ਉਹ ਨਿਯੁਕਤੀਆਂ ਨਵੀਆਂ ਕਰ ਰਹੇ ਨੇ। ਇੱਕ ਸਰ, ਲੋਕ ਸਭਾ ਲੈ ਕੇ ਕਾਂਗਰਸ ਪਾਰਟੀ 'ਚ ਕਾਫੀ ਧੜੇ ਬੰਦੇ ਆ ਰਹੇ, ਕਿਉਂਕਿ ਹੁਣ ਪਵਨ ਦੀਵਾਨ ਨੇ ਵੀ ਦੇ ਦਿੱਤਾ ਹੈਗਾ ਆਪਣਾ ਦਾਅਵਾ, ਰਾਕੇਸ਼ ਪਾਂਡੇ ਨੇ ਵੀ ਨੋਮੀਨੇਸ਼ਨ ਫਾਈਲ ਕਰ ਦਿੱਤਾ ਜੀ, ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ? ਇਹ ਡੈਮੋਕ੍ਰੇਟਿਕ ਸਿਸਟਮ ਆ, ਹਰੇਕ ਬੰਦੇ ਨੂੰ ਆਜ਼ਾਦੀ ਹੈਗੀ ਹੈ। ਹਰੇਕ ਬੰਦੇ ਨੂੰ ਜੇ ਕੋਈ ਕਾਂਗਰਸ ਪਾਰਟੀ ਆਇਆ ਕਿ ਕਿਸੇ ਵੀ ਪਾਰਟੀ ਦਾ ਕੋਈ ਹੇਠਲੇ ਲੈਵਲ ਦਾ ਵਰਕਰ ਵੀ ਹੈ ਨਾ, ਉਹ ਵੀ ਅਪਲਾਈ ਕਰ ਸਕਦਾ। ਇਹ ਜਿਹੜੇ ਤੁਸੀਂ 2 ਸਤਿਕਾਰਯੋਗ ਸੱਜਣਾਂ ਦੇ ਨਾਮ ਲਏ ਤਾਂ ਲੀਡਰ ਹੈਗੇ, ਕਿਉਂ ਨਹੀਂ ਅਪਲਾਈ ਕਰ ਸਕਦੇ? ਔਰ ਜਿਹੜੀ ਪਾਟੋ ਧਾੜ ਦਾ ਸ਼ਿਕਾਰ ਕਾਂਗਰਸ ਪਾਰਟੀ ਅਤੇ ਕਾਂਗਰਸ ਹਕੂਮਤ ਹੋਈ ਹੋਈ ਆ, ਉਹਦਾ ਲੋਸ ਅਲਟੀਮੇਟਲੀ ਪੰਜਾਬ ਦੇ ਲੋਕਾਂ ਨੂੰ ਸਹਿਣ ਕਰਨਾ ਪੈ ਰਿਹਾ। ਉਹੀ ਮੁੱਖ ਮੰਤਰੀ ਦਾ ਆਪਣੀ ਕੁਰਸੀ ਬਚਾਉਣ ਵਾਸਤੇ ਤਰ੍ਹਾਂ ਤਰ੍ਹਾਂ ਦੇ ਖੱਬੇ ਸੱਜੇ ਰਸਤੇ ਕੱਢਣ ਦਾ, ਅਤੇ ਜੇ ਮੁੱਖ ਮੰਤਰੀ ਦੀ ਕੁਰਸੀ ਸੇਫ ਹੋਵੇ, ਮੁੱਖ ਮੰਤਰੀ ਦੀ ਕੁਰਸੀ ਦੀਆਂ ਪਾਵਿਆਂ ਨੂੰ ਕੋਈ ਚਿੰਬੜੇ ਨਾ ਹੋਣ, ਅਤੇ ਮੁੱਖ ਮੰਤਰੀ ਸਾਹਿਬ ਉਹ ਸਟੇਟ ਦੇ ਭਲੇ ਵਾਸਤੇ ਉਹ ਸਮਾਂ ਲਾ ਸਕਦੇ ਆ। ਅੱਜ ਜਿੱਥੇ ਕਾਂਗਰਸ ਪਾਰਟੀ ਪਾਟੋ ਧਾੜ ਦਾ ਸ਼ਿਕਾਰ ਹੋਈ ਹੋਈ ਆ, ਉੱਥੇ ਕਾਂਗਰਸ ਸਰਕਾਰ ਉਦੋਂ ਵੱਡੀ ਪਾਟੋ ਧਾੜ ਦਾ ਸ਼ਿਕਾਰ ਜਿਹਦਾ ਪੰਜਾਬ ਅਤੇ ਪੰਜਾਬੀ ਲੋਕਾਂ ਨੂੰ ਬਹੁਤ ਵੱਡੀ ਪੱਧਰ 'ਤੇ ਨੁਕਸਾਨ ਉਠਾਉਣਾ ਪੈ ਰਿਹਾ। ਅਤੇ ਇਹ ਕੰਮ ਜਿਹੜੀ ਇਹ ਗੱਲ ਹੈਗੀ, ਮੇਰੇ ਕੋਲ ਕਿਉਂ ਪੁੱਛਦੇ ਹੋ ਤੁਸੀਂ ਇਹ ਸਵਾਲ? ਤੁਸੀਂ ਕਾਂਗਰਸ ਪਾਰਟੀ ਦੇ ਲੀਡਰ, MP, ਪ੍ਰਧਾਨ, ਉਹਨਾਂ ਨੂੰ ਪੁੱਛੋ ਨਾ, ਮੰਤਰੀ ਕਿਸੇ ਕਾਂਗਰਸ ਪਾਰਟੀ ਦੇ ਨੂੰ, ਉਹ ਤੁਹਾਨੂੰ ਬਿਹਤਰ ਜਵਾਬ ਦੇ ਸਕਦੇ। ਬ੍ਰਦਰ, ਇਹ ਜਿਹੜਾ ਫਾਇਦਾ ਕਫਾਇਦਾ, ਇਹ ਤਾਂ EVM ਦੇ ਰਿਪੋਰਟ ਕਾਰਡ ਨੇ ਦੱਸਣਾ। ਮੈਂ ਤੁਹਾਨੂੰ ਕਹਿੰਦਾ ਹਾਂਜੀ, ਬਹੁਤ ਵੱਡਾ ਫਾਇਦਾ। ਰਿਪੋਰਟ ਕਾਰਡ ਬਣੇਗਾ ਨਾ, ਆਹ ਲੋਕ ਸਭਾ ਦੀਆਂ ਵੋਟਾਂ ਪੈਣੀਆਂ ਨੇ। 10 ਸਾਲ ਜਿਹੜੇ ਪੰਜਾਬ ਦੇ ਅੰਦਰ ਲੁੱਟ ਮਾਰ ਵਾਲੇ ਕੰਮ ਬਾਦਲਾਂ ਨੇ ਕੀਤੇ, ਉਸੇ ਤਰੀਕੇ ਦੇ ਵਿੱਚ 21 ਮਹੀਨਿਆਂ ਤੋਂ ਕਾਂਗਰਸ ਹੀ ਕਰ ਰਹੇ ਆ। ਰਿਪੋਰਟ ਕਾਰਡ ਛਪਣਾ, EVM ਦੇ ਵਿੱਚੋਂ ਨਿਕਲ ਆਉਣਾ, ਮੇਰੀ ਗੱਲ ਦਾ ਜਵਾਬ EVM ਦਾ ਰਿਪੋਰਟ ਕਾਰਡ ਦੇਗਾ। ਜਿਹੜੀ ਮੇਰੇ ਚੋਣ ਲੜਨ ਦੀ ਗੱਲ ਤੁਸੀਂ ਸਵਾਲ ਕੀਤਾ, ਪਾਰਟੀ ਸਿਮਰਜੀਤ ਬੈਂਸ ਨਾ ਸੁਖਬੀਰ ਬਾਦਲ ਅਤੇ ਨਾ ਅਰਵਿੰਦ ਕੇਜਰੀਵਾਲ ਡਿਕਟੇਟਰ ਨਹੀਂ ਹੈਗਾ। ਆ ਮੇਰੇ ਸਾਥੀ ਦੋਸਤ ਸਾਰੇ ਬੈਠੇ ਆ। ਪਾਰਟੀ ਦੀ ਹਾਈਕਮਾਂਡ ਕੋਰ ਕਮੇਟੀ ਜੋ ਡਿਸੀਜ਼ਨ ਲਊਗੀ ਨਾ ਕਿ ਸਿਮਰਜੀਤ ਬੈਂਸ ਨੇ ਕਿੱਥੋਂ ਚੋਣ ਲੜਨੀ ਆ। ਸਿਮਰਜੀਤ ਬੈਂਸ ਪਾਰਟੀ ਦਾ ਅਨੁਸ਼ਾਸਿਤ ਸਿਪਾਹੀ ਆ, ਉੱਥੇ ਸਲੂਟ ਮਾਰ ਦੂਗਾ ਵੀ ਸਤਿਵਚਨ ਲੜਾਂਗੇ ਜ਼ਰੂਰ। ਨਹੀਂ, ਇਹ ਪਾਰਟੀ ਦੀ ਹਾਈਕਮਾਂਡ ਫੈਸਲਾ ਤੈਅ ਕਰੂਗੀ। ਜੋ ਫੈਸਲਾ ਹੋ ਗਿਆ ਉਸ ਤਰੀਕੇ ਦੇ ਨਾਲ ਜਿੱਥੋਂ ਡਿਊਟੀ ਲੱਗ ਗਈ ਲੜਾਂਗੇ। ਅਸੀਂ 13 ਸੀਟਾਂ ਦੇ ਵਿੱਚੋਂ 7 ਸੀਟਾਂ ਜਿਹੜੀਆਂ ਨੇ ਸਿੰਗਲ ਮਾਰਕਿੰਗ ਕਰ ਲਈ ਆ। ਅਸੀਂ 7 ਸੀਟਾਂ ਦੇ ਉੱਤੇ ਆਮ ਸਹਿਮਤੀ, ਸਾਰੀਆਂ ਧਿਰਾਂ ਜਿਹੜੀਆਂ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਵਿੱਚ ਆ, ਉਹਨਾਂ ਦੀ ਆਮ ਸਹਿਮਤੀ ਹੋ ਗਈ। 6 ਸੀਟਾਂ ਆਉਣ ਵਾਲੇ 5-4 ਦਿਨਾਂ ਦੇ ਵਿੱਚ ਡਿਕਲੇਅਰ ਕਰਕੇ ਤੁਹਾਡੇ ਰੂਬਰੂ ਰੱਖ ਦਿਆਂਗੇ। ਅੱਛਾ, 1-2 ਸੀਟਾਂ ਦਾ ਜਿਵੇਂ ਰੌਲਾ ਚੱਲ ਰਿਹਾ, ਜਿਵੇਂ ਬਠਿੰਡੇ ਵਾਲੀ ਦੇ ਵੀ ਥੋੜ੍ਹਾ ਜਿਹਾ ਚੱਲ ਰਿਹਾ, ਅਤੇ ਇੱਥੋਂ ਦੇਖੀ ਜਾ ਤਾਂ ਬਸਪਾ ਦਾ ਅਤੇ ਅਨੰਦਪੁਰ ਸਾਹਿਬ ਵਾਲੀ ਸੀਟ ਦੇ ਉੱਤੇ ਟਕਸਾਲੀਆਂ, ਕਿਤੇ ਕੋਈ ਰੌਲਾ ਨਹੀਂ ਹੈਗਾ। ਇਹ ਮੀਡੀਆ ਦੀ ਉਪਜ ਹੈਗੀ ਆ, ਸ਼ੈਤਾਨੀ ਜਿਹੜੇ ਵਿਰੋਧੀ ਪਾਰਟੀ ਉਹਨਾਂ ਦੀ ਸ਼ੈਤਾਨੀ ਆ ਵੀ ਉਹ ਮੀਡੀਆ ਨੂੰ ਤਰ੍ਹਾਂ ਤਰ੍ਹਾਂ ਦੀਆਂ ਕੰਸੋਆਂ ਖਬਰਾਂ ਝੂਠੀਆਂ ਦੇ ਦਿੰਦੇ ਆ, ਉਹ ਤੁਸੀਂ ਸਵਾਲ ਪੁੱਛਣ ਲੱਗ ਜਾਂਦੇ। ਕੋਈ ਇੱਦਾਂ ਦੀ ਗੱਲ ਨਹੀਂ, ਨਾ ਅਨੰਦਪੁਰ ਸਾਹਿਬ 'ਤੇ ਨਾ ਬਠਿੰਡੇ 'ਤੇ, 13 ਦੀਆਂ 13 ਸੀਟਾਂ ਦੇ ਉੱਤੇ ਕਿਤੇ ਵੀ ਕੋਈ ਡਿਫਰੈਂਸਸ ਨਹੀਂ ਹੈ। ਸਾਡਾ ਜਿਹੜਾ ਸਾਰੀਆਂ ਧਿਰਾਂ ਦਾ ਜਿਹੜੀਆਂ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਵਿੱਚ ਸ਼ਾਮਿਲ ਨੇ, ਮਿਨੀਮਮ ਕਾਮਨ ਪ੍ਰੋਗਰਾਮ, ਉਹ ਹੈਗਾ ਪੰਜਾਬ ਦੇ ਅੰਦਰੋਂ ਮਾਫੀਆ ਰਾਜ ਦੀ ਸਮਾਪਤੀ, ਪੰਜਾਬ ਦੇ ਅੰਦਰੋਂ ਕਰਪਟ ਸਿਸਟਮ ਨੂੰ ਦਰੁਸਤ ਕਰਨਾ, ਕਰਪਸ਼ਨ ਦੀ ਸਮਾਪਤੀ। ਇਹ ਸਾਡਾ ਮਿਨੀਮਮ ਕਾਮਨ ਪ੍ਰੋਗਰਾਮ ਸਾਰੀਆਂ ਧਿਰਾਂ ਦਾ, ਸਟੇਟਾਂ ਲਈ ਵੱਧ ਅਧਿਕਾਰ, ਤਾਂ ਕਿ ਸਟੇਟਾਂ ਆਪਣੇ ਉਹਨਾਂ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ, ਜਿਵੇਂ ਸਾਡਾ ਪਾਣੀ ਲੁੱਟਿਆ ਜਾ ਰਿਹਾ ਉਹ ਸਟੇਟ ਸਬਜੈਕਟ ਆ, ਦੁਖਾਂਤ ਆ ਕਿ ਉਹ ਕੇਂਦਰ ਨੇ ਆਕੂਪਾਈ ਕਰ ਲਿਆ।
ਸਟੇਟ ਦੇ ਪਾਣੀ ਦੀ ਕੀਮਤ ਵਸੂਲ ਕਰਨਾ, ਸਟੇਟਾਂ ਲਈ ਵੱਧ ਅਧਿਕਾਰ, ਸਾਡੇ ਮਿਨੀਮਮ ਕਾਮਨ ਪ੍ਰੋਗਰਾਮ ਦੇ ਉੱਤੇ ਅਸੀਂ ਸਾਰੇ ਸਹਿਮਤ ਹੈ। ਜਦੋਂ 13 ਪੂਰੀਆਂ ਹੋ ਗਈਆਂ ਤੁਹਾਨੂੰ ਨਾਮ ਸਮੇਤ ਦੱਸ ਦਿਆਂਗੇ ਨਾ ਵੀ ਕਿਹੜੇ ਲੋਕ ਸਭਾ ਹਲਕੇ ਤੋਂ ਕਿਹੜੀ ਪਾਰਟੀ ਦਾ ਉਮੀਦਵਾਰ ਚੋਣ ਲੜੇਗਾ। ਤੇ ਮੈਂ ਤੁਹਾਨੂੰ 13 ਦੇ 13 ਹੀ ਦੱਸ ਦੇਣਾ, ਤੁਸੀਂ 1-2 ਦੀ ਗੱਲ ਕਰਦੇ। ਧੰਨਵਾਦ।